ਨਾਨਕ ਧੰਨ ਗੁਰੂ 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 ਨਾਨਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤੀ ਯੁਨੀ ਸੈ ਗੁਰ ਪ੍ਰਸਾਦ ਜਪ ਆਹਾਰ ਸਚ ਜੁਗਾਰ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਪੁਰਖ ਨਿਰਭਉ ਕਾਲ ਮੂਰਤੀ ਯੁਨੀ ਗੁਰ ਪ੍ਰਸਾਦ ਆਲ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਸਚ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤ ਕਰਤਾ ਪੁਰਖ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਤਨ ਮਨ ਦਿੱਤਾ ਹੈ ਬਾਬਾ ਜੀ ਅਸਾਂ ਤੈਨੂੰ ਆਪਣੇ ਬਣਾਈ ਰੱਖਣਾ ਤਨ ਮਨ ਦਿੱਤਾ ਹੈ।
ਸਾਡਾ ਤੂੰ ਮਿੱਤਰ ਸਾਨੂੰ ਬਿਲਕੁਲ ਵਿਛੋੜ ਨਾ, ਇੱਕ ਭੋਰੀ ਵੀ ਨਾ। ਗੁਰੂ ਦੇ ਨਾਲ ਸਾਂਝ ਐਸ ਜਨਮ ਦੀ ਨਹੀਂ, ਜਨਮ ਜਨਮ ਦੀ।
ਕਰ ਕਹਿ ਲੀਨੀ ਸਾਜਨ ਹੈ ਜਨਮ ਜਨਮ ਕੇ ਮੀਤ। ਮੇਰੇ ਜਨਮ ਜਨਮ ਦੇ ਮਿੱਤਰ ਨੇ ਮੈਨੂੰ ਬਾਹੋਂ ਫੜ ਕੇ ਆਪਣੇ ਬਣਾ ਲਏ। ਕਰ ਕਹਿ ਲੀਨੀ ਕਰ ਮੈਣਾ ਹੱਥ ਬਾਂ ਤੋਂ ਫੜ ਕੇ ਆਪਣੇ ਬਣਾ ਲਿਆ ਮੈਨੂੰ ਮੇਰੇ ਜਨਮ ਜਨਮ ਦੇ ਮਿੱਤਰ ਨੇ। ਚਰਨ ਹੈ ਦਾਸੀ ਕਰ ਲਈ ਮੈਨੂੰ ਆਪਣੇ ਚਰਨਾਂ ਦੀ ਦਾਸੀ ਬਣਾ ਲਿਆ। ਨਾਨਕ ਪ੍ਰਭ ਹਿਤ ਚੀਤ ਅੰਦਰੋਂ ਹਿਰਦੇ ਦਾ ਮੇਰਾ ਪਿਆਰ ਹੈ ਗੁਰੂ ਦੇ ਨਾਲ, ਮੇਰੇ ਹਿਰਦੇ ਦੀ ਪ੍ਰੀਤ ਹੈ ਗੁਰੂ ਦੇ ਨਾਲ। ਕਰ ਕਹਿ ਲੀਨੀ ਸਾਜਨ ਹੱਥ ਤੋਂ ਫੜ ਕੇ ਬਾਂਹ ਤੋਂ ਫੜ ਕੇ ਮੈਨੂੰ ਆਪਣਾ ਬਣਾ ਲਿਆ। ਮੈਂ ਲੱਗ ਜਾ ਗੁਰਾਂ ਦੇ ਲੇਖੇ ਕੋਈ ਮੈਨੂੰ ਮੁੱਲ ਲੈ ਲਓ ਪੜੋ ਸਾਰੇ। ਮੋਦੀ ਮੈਂ ਲੱਗ ਜਾ ਗੁਰਾਂ ਦੇ ਲੇਖੇ ਕੋਈ ਮੈਨੂੰ ਮੁੱਲ ਲੈ ਲਓ। ਮੈਂ ਲੱਗ ਜਾ ਗੁਰਾਂ ਦੇ ਲੇਖੇ ਕੋਈ ਮੈਨੂੰ ਮੁੱਲ ਲੈ ਲਓ। ਗੁਰੂ ਨੂੰ ਮਿਲਣ ਦਾ ਰਸਤਾ ਹੈ, ਗੁਰੂ ਦੇ ਪਿਆਰ ਦਾ ਹੈ, ਉਹਨੂੰ ਗੁਰੂ ਦੇ ਪਿਆਰ ਦੀਆਂ ਬਾਤਾਂ ਚੰਗੀਆਂ ਲੱਗਣਗੀਆਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਲਾ ਅਤੇ ਮਰਦਾਨਾ
ਇਹ ਸਾਖੀ ਬਾਬਾ ਆਨੰਦ ਸਿੰਘ ਜੀ ਜ਼ਿਆਦੀ ਵਾਰ ਸੁਣਾਇਆ ਕਰਦੇ ਸੀ, ਕਈ ਵਾਰੀ ਸੁਣਾਉਣੀ। ਕਹਿੰਦੇ ਸਨ ਸੁਜਾਨ ਸਿੰਘ ਜੀ ਕਹਿਣ ਲੱਗੇ, ਮੇਰੇ ਚਿੱਤ ਵਿੱਚ ਆ ਗਿਆ ਕਿ ਬਾਬਾ ਜੀ ਨੂੰ ਕੋਈ ਹੋਰ ਬਹੁਤੀਆਂ ਸਾਖੀਆਂ ਆਉਂਦੀਆਂ ਨਹੀਂ, ਇਹੀ ਆਉਂਦੀਆਂ ਦੋ ਚਾਰ ਪੰਜ ਸੱਤ ਸੀ। ਇੱਕ ਦਾ ਧੰਮ ਰਾਜੇ ਵਾਲੀ ਸੀ, ਜਿਹਦਾ ਹੰਕਾਰ ਟੁੱਟਾ ਸੀ, ਹਮੇ ਹੰਕਾਰੀ ਸੀ ਉਹ। ਉਸਦਾ ਭਾਵ ਸੀ ਕਿ ਗਰੀਬੀ ਨਿਮਰਤਾ। ਦੂਜੀ ਸੀ ਸੁਭਾਗੇ ਵਾਲੀ। ਇਹ ਬਾਬਾ ਆਨੰਦ ਸਿੰਘ ਮਹਾਰਾਜ ਸਾਖੀ ਸੁਣਾਉਂਦੇ ਸੀ। ਕਹਿੰਦੇ ਮਨ ਵਿੱਚ ਜਦੋਂ ਫੁਰਨਾ ਆਉਂਦਾ ਸੀ, ਬਾਬਾ ਆਨੰਦ ਸਿੰਘ ਜੀ ਰਹਿਣ ਨਹੀਂ ਦਿੰਦੇ ਸੀ। ਕੋਈ ਮਾੜਾ ਫੁਰਨਾ ਆ ਜਾਣਾ, ਜਿਵੇਂ ਕੋਈ ਸਬਜ਼ੀ ਬੀਜਦਾ ਹੈ, ਸਬਜ਼ੀ ਦੇ ਉਲਟ ਕੋਈ ਵੀ ਵਿੱਚ ਕੋਈ ਬੂਟੀ ਗੰਦ ਪੇ ਲੁਗਦਾ ਹੈ ਤਾਂ ਉਹ ਫਟਾਫਟ ਉਹਨੂੰ ਮਾਰਦਾ। ਕਣਕ ਬੀਜਣ ਵਾਲਾ ਕਣਕ ਦੇ ਉਲਟ ਜੋ ਵੀ ਹੋਏਗਾ ਉਹਨੂੰ ਮਾਰੇਗਾ। ਜਿਹੜੀ ਵੀ ਕੋਈ ਫਸਲ ਬੀਜਦਾ ਹੈ, ਫਸਲ ਦੇ ਵਿੱਚ ਮੂੰਗੀ ਬੀਜਦੇ ਆ, ਵਿੱਚ ਇੱਟ ਸਿੱਟ ਉੱਗ ਪੈਂਦੀ ਹੈ, ਉਸੇ ਮੌਕੇ ਉਹਨੂੰ ਮਾਰਦੇ ਆ ਕਿ ਇਹਦਾ ਫਲ ਘੱਟ ਜਾਣਾ। ਸਬਜ਼ੀ ਦੀ ਤਾਕਤ ਗੰਦ ਨੇ ਖਿੱਚ ਕੇ ਲੈ ਜਾਣੀ। ਖੱਟੀ ਦਾ ਬੂਟਾ ਹੁੰਦਾ ਹੈ ਜਿਹਦਾ ਚਾਰ ਵੀ ਪਾਉਂਦੇ ਆ ਗਲ ਗਲ, ਉਹਦੇ ਤੋਂ ਕਿੰਨੂਆਂ ਦਾ ਬੂਟਾ ਬਣਾਉਂਦੇ ਆ। ਉਹਨਾਂ ਨੇ ਨਰਸਰੀ ਵਾਲਿਆਂ ਨੇ ਖੱਟੀਆਂ ਲਾਈਆਂ ਹੁੰਦੀਆਂ, ਉਹ ਜ਼ਿਆਦਾ ਫੁੱਟਦੀ ਹੈ, ਜ਼ਿਆਦਾ ਛੇਤੀ ਪਕੜ ਕਰਦੀ ਹੈ। ਉਹਦੇ ਨਾਲ ਸੰਤਰੇ ਦੇ ਕਿੰਨੂ ਦੇ ਪਿਉਂਦ ਕਰਕੇ ਫਿਰ ਉਹ ਕਲਮ ਲਾ ਦਿੰਦੇ। ਉਹ ਕਹਿੰਦੇ ਜਿਹੜੀ ਅਸੀਂ ਅੱਖ ਲਾਈ ਹੈ ਉਹੋ ਹੀ ਚੱਲਣੀ ਚਾਹੀਦੀ ਹੈ। ਕਈ ਆਦਮੀ ਉਹ ਬੂਟੇ ਲਿਆਉਂਦੇ ਨੇ ਲਾ ਲੈਂਦੇ ਆ, ਪਰ ਉਹ ਕਿੰਨੂਆਂ ਦਾ ਬੂਟਾ ਜਿਹੜੀ ਦਾਬ ਵਿੱਚ ਅੱਖ ਲਾਈ ਹੁੰਦੀ ਹੈ ਉਹਨੂੰ ਫੁੱਟਣ ਨਹੀਂ ਦਿੰਦੀ, ਅਤੇ ਖੱਟੀ ਦੇ ਬੂਟੇ ਦਾ ਜ਼ੋਰ ਪੈ ਜਾਂਦਾ, ਉਹ ਫਿਰ ਕਿੰਨੂਆਂ ਤੋਂ ਗਲਗਲਾਂ ਦਾ ਹੀ ਬਣ ਜਾਂਦਾ। ਮਨੁੱਖ ਦੇ ਸੁਭਾਅ ਮਾੜੇ ਨੇ, ਗੁਰੂ ਇਹਨੂੰ ਪਿਉਂਦ ਕਰਦਾ। ਖੱਟੀ ਦੇ ਬੂਟੇ ਨੂੰ ਪਿਉਂਦ ਕੀਤੀ, ਕਿੰਨੂ ਬਣ ਗਏ, ਸੰਤਰੇ ਬਣ ਗਏ, ਮਾਲਟੇ ਬਣ ਗਏ, ਮਸੰਮੀ ਬਣ ਗਏ। ਜੇ ਅਸੀਂ ਨਿਗਾਹ ਨਹੀਂ ਰੱਖਾਂਗੇ ਤਾਂ ਖੱਟੀ ਦੀ ਆਪਣੀ ਦਾਬ ਵਿੱਚੋਂ ਫੁੱਟ ਪਏਗੀ, ਅਤੇ ਉਹ ਬੂਟਾ ਖੱਟੀ ਦਾ ਹੀ ਗਲਗਲ ਦਾ ਰਹਿ ਜਾਏਗਾ। ਕਿੰਨੂਆਂ ਸੰਤਰਿਆਂ ਵਾਲਾ ਜਿਹੜਾ ਉਹ ਖਤਮ ਹੋ ਜਾਏਗਾ ਹੌਲੀ ਹੌਲੀ। ਗੁਰੂ ਇਸੇ ਤਰ੍ਹਾਂ ਦਾਬ ਦਾਬ ਲਾਉਂਦਾ ਅਤੇ ਪਿਉਂਦ ਕਰਦਾ। ਗੁਰੂ ਆਪਣੇ ਸਿੱਖਾਂ ਨੂੰ ਪਾਲਦਾ ਹੈ, ਸਾਸ ਸਾਸ ਸੰਭਾਲਦਾ ਹੈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ।
ਜਦੋਂ ਅਸੀਂ ਕਿਤੇ ਗਲਤ ਰਸਤੇ ਜਾਂਦੇ ਹਾਂ, ਕਿਤੇ ਭੁੱਲਦੇ ਹਾਂ, ਕਿਤੇ ਭਰਮ ਆ ਜਾਂਦਾ, ਤਾਂ ਗੁਰੂ ਉਹਦੇ 'ਤੇ ਨਿਗਾਹ ਰੱਖਦਾ। ਕਹਿੰਦੇ ਬਾਬਾ ਜੀ ਜਦੋਂ ਕੋਈ ਫੁਰਨਾ ਮਾੜਾ ਕਿਤੇ ਬਣਨਾ, ਉਹਨਾਂ ਨੇ ਉਦੋਂ ਹੀ ਟੋਕ ਦੇਣਾ, ਉਦੋਂ ਹੀ ਟੋਕ ਦੇਣਾ। ਕਹਿੰਦੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਬੈਠੇ ਸੀ ਬਰਾਗਣ 'ਤੇ, ਕੀਰਤਨ ਸੁਣ ਰਹੇ ਸੀ। ਕੀਰਤਨ ਸੁਣਦੇ ਸੁਣਦੇ ਐਂ ਬਰਾਗਣ ਹੋਈ ਦੋ ਕੁ ਵਾਰੀ, ਇੱਧਰ ਨੂੰ ਇੱਧਰ ਨੂੰ, ਅਤੇ ਮੈਂ ਫੁਰਨਾ ਬਣਾ ਲਿਆ ਕਿ ਬਾਬਾ ਆਨੰਦ ਸਿੰਘ ਜੀ ਸੌਂ ਗਏ ਆਖੋ ਸਰੀਫ। ਕਹਿੰਦੇ ਮਨ 'ਚ ਫੁਰਨਾ ਆ ਗਿਆ ਕਿ ਬਾਬਾ ਜੀ ਸੌਂ ਗਏ। ਬਾਬਾ ਜੀ ਉਸੇ ਮੌਕੇ ਸਾਵਧਾਨ ਹੋਏ ਕਿ ਭਾਈ ਜੀ, ਭਾਈ ਜੀ ਕੀਰਤਨ ਕਰ ਮਨ ਲਾ ਕੇ, ਇੱਧਰ ਉੱਧਰ ਕਿਉਂ ਵੇਖਦਾ। ਕਹਿੰਦਾ ਅਸਲ ਵਿੱਚ ਬਾਬਾ ਆਨੰਦ ਸਿੰਘ ਜੀ ਨਹੀਂ ਸੁੱਤੇ ਸੀ, ਕਹਿੰਦੇ ਸੌਂ ਤਾਂ ਮੈਂ ਗਿਆ ਸੀ ਆਖੋ ਸੀ, ਅਗਿਆਨਤਾ ਦੀ ਨੀਂਦਰ 'ਚ ਜਿਹਨੇ ਮਾਲਕ 'ਤੇ ਭਰਮ ਕਰ ਲਿਆ। ਮੈਂ ਸਮਝਿਆ ਬਾਬਾ ਜੀ ਸੌਂ ਗਏ, ਬਾਬਾ ਜੀ ਤਾਂ ਸਾਵਧਾਨ ਹੋ ਕੇ ਮੈਨੂੰ ਜਗਾਉਣ ਲੱਗੇ, ਭਾਈ ਜੀ ਕਿੱਧਰ ਫਿਰਦਾ ਹੈ, ਮਨ ਲਾ ਕੇ ਕੀਰਤਨ ਕਰ ਭਾਵਨਾ ਨਾਲ ਉੱਚੀ, ਤੇਰੀ ਆਵਾਜ਼ ਢਿੱਲੀ ਹੈ ਕੀਰਤਨ ਦੀ, ਸਤਿਗੁਰ ਜਾਗਤਾ ਹੈ ਦਿਓ, ਭੂਲੀ ਮਾਲਣੀ ਹੈ ਇਹੋ, ਮਾਲਣ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾ। ਕਹਿੰਦੇ ਪਾਤੀ ਤੋਰੇ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਣ ਨਿਰਜੀਓ। ਕਹਿੰਦੇ ਫੁੱਲ ਪੱਤੀਆਂ ਤੋੜਦੀ ਫਿਰਦੀ ਮਾਲਣੀ, ਕਿ ਮੈਂ ਭਗਵਾਨ ਦੇ ਠਾਕਰਾਂ ਦੀ ਮੂਰਤੀ 'ਤੇ ਫੁੱਲ ਚੜਾਵਾਂ। ਕਹਿੰਦੇ ਉਹ ਤਾਂ ਉਹਦੇ ਵਿੱਚ ਜਾਣ ਨਹੀਂ, ਇਹਦੇ ਵਿੱਚ ਜਾਣ, ਪੱਤੇ ਪੱਤੇ ਵਿੱਚ ਜਿੰਦੇ, ਪਰ ਜਿੰਦੇ 'ਤੇ ਫੁੱਲ ਚੜਾਉਣੇ ਉਹਦੇ ਵਿੱਚ ਜਿੰਦ ਹੈ ਨਹੀਂ। ਇਹ ਜੱਗ ਭੁੱਲਿਆ ਹੋਇਆ, ਭੁੱਲਿਆ ਨੂੰ ਗੁਰੂ ਮਾਰਗ ਪਾਉਂਦਾ। ਕਹਿੰਦੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਫੁਰਨਾ ਬਣ ਗਿਆ ਕਿ ਸਾਖੀਆਂ ਥੋੜ੍ਹੀਆਂ ਹੀ ਬਾਬਾ ਜੀ ਨੂੰ ਆਉਂਦੀਆਂ, ਕਿ ਵਾਰ ਵਾਰ ਇਹੀ ਸੁਣਾਉਂਦੇ। ਉਸ ਦਿਨ ਫਿਰ ਬਾਬਾ ਜੀ ਨੇ ਭਰਮ ਦੂਰ ਕੀਤਾ ਕਿ ਭਾਈ ਜੀ ਗੁਰਮੁਖੋ, ਜਿਹੜੀਆਂ ਸਾਖੀਆਂ ਆਪਾਂ ਸੰਗਤ ਵਿੱਚ ਕਰਦੇ ਹਾਂ ਨਾ, ਇਹ ਵਰਤਦੀਆਂ ਹੈ। ਜੇ ਕਹੀਏ ਕਿ ਰੋਟੀ ਆਪਾਂ ਰੋਜ਼ ਹੀ ਖਾਂਦੇ ਹਾਂ, ਇਕੱਲੀ ਰੋਟੀ ਹੋਈ ਹੈ, ਕਈ ਚਾਵਲ ਰੋਜ਼ ਖਾਂਦੇ ਹਾਂ,
ਗੱਲ ਰੋਟੀ ਚਾਵਲ ਦੀ ਨਹੀਂ, ਗੱਲ ਆਪਣੀ ਖੁਰਾਕ ਦੀ ਏ। ਇਹ ਸਾਖੀਆਂ ਸਾਡੇ ਮਨਾਂ ਨੂੰ ਸਮਝਾਉਣ ਵਾਸਤੇ ਆ। ਕਹਿੰਦੇ ਆ ਕਿ ਆਹ ਸੁਖਮਨੀ ਸਾਹਿਬ ਦਾ ਪਾਠ ਹੈ, ਰੋਜ਼ ਇਹੀ ਕਰੀ ਜਾਈਏ, ਜਪਜੀ ਸਾਹਿਬ ਦਾ ਪਾਠ ਰੋਜ਼ ਇਹੀ ਕਰੀ ਜਾਈਏ, ਇਹੀ ਕਰੀ ਜਾਓ, ਇਹੀ ਰੋਜ਼ ਨਵਾਂ ਪਾਠ ਹੈ। ਸੁਖਮਨੀ ਸਾਹਿਬ ਦਾ ਪਾਠ ਰੋਜ਼ ਹੀ ਨਵਾਂ ਹੈ। ਗੁਰੂ ਦੇ ਦਰਸ਼ਨ ਕਰ ਲਏ, ਕਹਿੰਦੇ ਰੋਜ਼ ਹੀ ਕਰੀ ਜਾਈਏ। ਜਿੰਨੀ ਵਾਰੀ ਆਵਾਂਗੇ ਗੁਰੂ ਦੇ ਦਰਸ਼ਨ ਨਵੇਂ ਨੇ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਲ ਸਚ ਜੁਆ ਹੈਪੀ ਸਚ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਲ ਸਚ ਸਚ ਹੈਪੀ ਸਚ ਨਾਨਕ ਹੋਸੀ ਬੀ ਸਚ। ਟਿਕਾਓ ਤਾਂ ਇੱਕ ਥਾਂ 'ਤੇ ਹੁੰਦਾ ਹੈ, ਨਿੱਤ ਦੀਆਂ ਤਾਂ ਭੜਕਣਾ, ਮਨ ਭੜਕਦਾ ਹੈ। ਸਾਖੀ ਰੋਜ਼ ਹੀ ਭਾਵੇਂ ਸੁਣੋ, ਉਹ ਰੋਜ਼ ਹੀ ਤੁਹਾਡੇ ਹਿਰਦੇ 'ਤੇ ਅਸਰ ਕਰੇਗੀ। ਵਾਹਿਗੁਰੂ ਵਾਹਿਗੁਰੂ ਰੋਜ਼ ਹੀ ਜਪੀ ਜਾਓ, ਲੱਖਾਂ ਵਾਰੀ ਜਪੀ ਜਾਓ। ਇਸ ਵਾਹਿਗੁਰੂ ਦਾ ਫਲ ਨਵਾਂ ਹੀ ਹੈ। ਹਰ ਵਾਰੀ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਤਾਰ, ਸਾਹਿਬ ਮੇਰਾ ਨੇਤੀ ਨਵਾਂ ਹੀ। ਬਾਬਾ ਜੀ ਸਾਖੀ ਸੁਣਾਉਂਦੇ ਸੀ ਸੁਪਾਗੀ ਦੀ, ਉਹਦਾ ਮਤਲਬ ਸੀ ਕਿ ਮੈਨੂੰ ਆਪਣਾ ਬਣਾ ਲਓ, ਆਪਦਾ ਬਣਾ ਲਵੋ, ਬਣਾਓ ਇਹੋ ਜਿਹਾ ਕਿ ਮੈਂ ਕਿਤੇ ਜਾਣ ਜੋਗਾ ਰਹਾਂ ਨਾ। ਜਿਹੜੀ ਜ਼ਮੀਨ ਅਸੀਂ ਖਰੀਦ ਲਈਏ ਉਹ ਸਾਡੀ ਹੋ ਜਾਂਦੀ ਹੈ, ਉਹ ਸਾਡੀ ਮੁੱਲ ਖਰੀਦੀ, ਉਹ ਕਿਤੇ ਜਾ ਨਹੀਂ ਸਕਦੀ। ਕਹਿੰਦੇ ਗੁਰੂ ਨੇ ਮੈਨੂੰ ਮੁੱਲ ਖਰੀਦਿਆ, ਮੈਂ ਹੁਣ ਕਿਤੇ ਜਾ ਨਹੀਂ ਸਕਦਾ, ਮੁੱਲ ਖਰੀਦੀ ਲਾਲਾ ਗੁਰ, ਪਰਉਪਕਾਰ ਕਰਕੇ, ਮੇਰੇ 'ਤੇ ਅਹਿਸਾਨ ਕਰਕੇ, ਮੇਰੇ 'ਤੇ ਦਇਆ ਕਰਕੇ, ਮੈਨੂੰ ਜ਼ਿੰਦਗੀ ਬਖਸ਼ ਕੇ, ਸਵਾਸ ਬਖਸ਼ ਕੇ, ਮੇਰੇ ਦੁੱਖ ਦਲਿੱਦਰ ਦੂਰ ਕਰਕੇ ਗੁਰੂ ਨੇ ਮੈਨੂੰ ਮੁੱਲ ਖਰੀਦਿਆ ਹੈ। ਮੁੱਲ ਖਰੀਦੀ ਹੋਈ ਚੀਜ਼ ਕਿਤੇ ਜਾ ਨਹੀਂ ਸਕਦੀ, ਉਹ ਸਾਡੀ ਹੁੰਦੀ ਹੈ, ਉਹ ਅਸੀਂ ਦਾਅਵਾ ਕਰਕੇ ਵੀ ਲੈ ਸਕਦੇ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਇਹ ਬਾਬਾ ਜੀ ਸਾਖੀ ਸੁਣਾਉਂਦੇ ਸੀ। ਬਾਬਾ ਆਨੰਦ ਸਿੰਘ ਜੀ, ਬਾਦੀ ਵਾਰ ਪੜ੍ਹੋ, ਮੈਂ ਲੱਗ ਜਾਂ ਗੁਰਾਂ ਦੇ ਲੇਖੇ ਜੀ, ਮੈਂ ਲੱਗ ਜਾਂ ਗੁਰਾਂ ਦੇ ਲੇਖੇ, ਕੋਈ ਮੈਨੂੰ ਮੁੱਲ ਲੈ ਲਓ, ਮੈਂ
ਮੈਂ ਲੱਗਦਾ ਗੁਰਾ ਘਰ ਵਿੱਚ ਗਏ, ਕੀਰਤਨ ਤਾਂ ਬਾਹਰ ਕਰਦੇ ਸੀ, ਜੰਗਲ 'ਚ ਬੈਠਦੇ ਸੀ, ਜਿੰਦੇ 'ਤੇ ਕਿਰਪਾ ਕਰਨੀ ਹੁੰਦੀ ਸੀ ਉਹਨੂੰ ਸੱਦ ਲੈਂਦੇ ਸੀ ਕੋਲ, ਜਾਂ ਫਿਰ ਆਪ ਵਿਧ ਬਣਾਉਂਦੇ ਸੀ, ਫਿਰ ਆਪ ਜਾਂਦੇ ਸੀ ਕਦੇ ਇੱਧਰ ਆਵਾਜ਼ ਬਾਹਰੋਂ ਆਵਾਜ਼ ਬੁਝਾਉਂਦੀ ਸਭ ਨੂੰ, ਪੁਲਿਸ ਵਾਲੇ ਸਾਰੇ ਬਿਠਾਇਆ ਕਰੋ, ਤੁਹਾਡੇ ਵੀ ਬੰਦੇ ਸਾਰੇ ਆਣ ਕੇ ਬੈਠਣ, ਪੁਲਿਸ ਵਾਲਿਆਂ ਦੇ ਬੰਦੇ ਪੂਰੇ ਆ, ਕੀਰਤਨ ਵੇਲੇ ਸਾਰੇ ਬੈਠਿਆ ਕਰੋ, ਇੱਧਰ ਉੱਧਰ ਕੋਈ ਗੱਲਾਂ ਨਾ ਕਰੇ, ਸਭ ਨੂੰ ਪਹਿਰਾ ਦਿਓ ਖੜ ਕੇ। ਇੱਕ ਓੰਕਾਰ ਸਾਰੀ ਜਪੋ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਹਿ ਭੰਗ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਸਾਹਿਬ ਨੇ ਮਿਹਰ ਕਰਨੀ ਹੁੰਦੀ ਉਸ ਗਰੀਬ ਪਰਿਵਾਰ ਸੀ ਸਿੱਖ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਅਰਜ਼ ਕਰੀ, ਮਹਾਰਾਜ ਸਾਡੇ ਘਰੇ ਚਰਨ ਪਾਓ। ਬਾਹਰ ਬੈਠੇ ਸੀ ਤਿੰਨ ਫਕੀਰ, ਧੰਨ ਗੁਰੂ ਨਾਨਕ ਸਾਹਿਬ ਜੀ, ਮਰਦਾਨਾ ਜੀ ਅਤੇ ਬਾਲਾ ਜੀ। ਅਰਜ਼ ਕਰੀ ਜੀ ਸਾਡੇ ਘਰੇ ਕਿਰਪਾ ਕਰੋ, ਅਸੀਂ ਤੁਹਾਡੀ ਸੇਵਾ ਕਰਨੀ, ਪ੍ਰਸ਼ਾਦ ਗਏ ਤਾਂ ਗਰੀਬ ਪਰ ਸਾਡੀ ਗਰੀਬੀ ਦਾਅਵੇ ਦੀ ਸੇਵਾ ਮਨਜ਼ੂਰ ਕਰ ਲਿਓ। ਇਸ ਸਾਖੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਪੂਰਾ ਸ਼ਬਦ ਉਚਾਰਿਆ ਜਿਹੜਾ ਕਿ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀ। ਉਹਨਾਂ ਨੇ ਜੋ ਕੁਝ ਪੱਲੇ ਸੀ ਪ੍ਰਸ਼ਾਦ ਪਾਣੀ ਛਕਾਇਆ, ਮਹਾਰਾਜ ਦੀ ਸੇਵਾ ਕੀਤੀ। ਹੁਣ ਦੂਸਰੇ ਦਿਨ ਫਿਰ ਗੁਰੂ ਮਹਾਰਾਜ ਦੀ ਸੇਵਾ ਮੰਗੀ ਪਰ ਪੱਲੇ ਕੁਝ ਆਏ ਨਹੀਂ ਸੀ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਨ ਦਿਆਲ ਸਦਾ ਹੀ ਕਿਰਪਾ ਕਰਨ ਵਾਲੇ ਉਹਨਾਂ ਨੇ ਮਨ 'ਚ ਵਿਚਾਰਿਆ ਉਸ ਸਮੇਂ ਬੱਚਿਆਂ ਨੂੰ ਗਰੀਬ ਆਦਮੀ ਆਪਣੇ ਬੱਚਿਆਂ ਨੂੰ ਵੇਚ ਦਿੰਦੇ ਸੀ ਮੰਡੀ ਲੱਗਦੀ ਸੀ ਮੰਡੀ ਜਿੱਥੇ ਗਰੀਬ ਆਦਮੀ ਆਪਣਿਆਂ ਬੱਚਿਆਂ ਨੂੰ ਵੇਚਦੇ ਸੀ ਜਾ ਕੇ ਅਤੇ ਵਪਾਰੀ ਆਦਮੀ ਖਰੀਦ ਕੇ ਲੈ ਜਾਂਦੇ ਸੀ ਉਹਨੂੰ ਖਰੀਦ ਕੇ ਲੈ ਜਾਂਦੇ ਸੀ ਅਤੇ ਉਹ ਫਿਰ ਗਾਂਹ ਵੇਚਦੇ ਸੀ ਸ਼ਾਹੂਕਾਰਾਂ ਦੇ ਕੋਲ ਸ਼ਾਹੂਕਾਰ ਫਿਰ ਉਸ ਬੱਚੇ ਨੂੰ ਮੁੱਲ ਲੈ ਲੈਂਦੇ ਸੀ ਪਤਾ ਵੀ ਪੈਸੇ ਦੇ ਕੇ ਲਿਆ ਹੈ ਫਿਰ ਉਹ ਬੱਚਾ ਕਿਤੇ ਜਾ ਨਹੀਂ ਸਕਦਾ ਸੀ ਸਦਾ ਲਈ ਉਹਨੇ ਸ਼ਾਹੂਕਾਰ ਦੇ ਬਣ ਕੇ ਰਹਿਣਾ ਹੈ ਕੰਮ ਕਰਨਾ ਹੈ ਪਹਿਲੋਂ ਵਚਨ ਲੈ ਜਾਂਦੇ ਸੀ ਵੇਚਣ ਵੇਲੇ ਜਿਹੜਾ ਵਪਾਰੀ ਸ਼ਾਹੂਕਾਰ ਖਰੀਦਦਾ ਸੀ ਜਾਂ ਵਪਾਰੀ ਖਰੀਦਦਾ ਸੀ ਉਹ ਬੱਚੇ ਤੋਂ ਵਚਨ ਲੈਂਦਾ ਸੀ ਵੀ ਤੂੰ ਕੀ ਕਰੇਗਾ ਉਹਨੂੰ ਸਿਖਾਇਆ ਜਾਂਦਾ ਸੀ ਬੱਚੇ ਨੂੰ ਕਿ ਤੈਨੂੰ ਵੇਚਣਾ ਹੈ ਸਾਨੂੰ ਲੋੜ ਹੈ ਜਿੱਥੇ ਅਸੀਂ ਵੇਚਾਂਗੇ ਉਹ ਘਰ ਬੜਾ ਤਗੜਾ ਉਹਨਾਂ ਕੋਲ ਧਨ ਬਹੁਤ ਹੈ ਪੈਸਾ ਬਹੁਤ ਹੈ ਮਾਇਆ ਬਹੁਤ ਹੈ ਪਦਾਰਥ ਬਹੁਤ ਹੈ ਆਪਣੇ ਘਰ ਰੋਟੀ ਵੀ ਨਹੀਂ ਪੱਕਦੀ ਬਸ ਤੂੰ ਉਹਨਾਂ ਦੇ ਬਣ ਕੇ ਰਹਿਣਾ ਹੈ ਉਹਨਾਂ ਦਾ ਕੰਮ ਕਰਨਾ ਹੈ ਸਾਰੇ ਸੁੱਖ ਮਿਲਣਗੇ ਤੈਨੂੰ ਬੱਚੇ ਨੂੰ ਲਾਲਚ ਦੇਣਾ ਕਿ ਤੂੰ ਵੱਡੇ ਘਰ ਵਿੱਚ ਜਾ ਰਿਹਾ ਜਿਸ ਤਰ੍ਹਾਂ ਧੀ ਨੂੰ ਪਾਲ ਕੇ ਅਸੀਂ ਵਿਆਹ ਦਿੰਦੇ ਹਾਂ ਵੱਡੇ ਘਰਾਂ ਦਾ ਲਾਲਚ ਦੇ ਕੇ ਪਤੀ ਦਾ ਲਾਲਚ ਦੇ ਕੇ ਸੁੱਖਾਂ ਦਾ ਲਾਲਚ ਤੇਰਾ ਘਰ ਪਰਿਵਾਰ ਵਧੇਗਾ ਅਤੇ ਧੀ ਤਿਆਰ ਹੁੰਦੀ ਹੈ ਅੱਗੇ ਸ਼ਾਦੀ ਕਰਾਉਣ ਨੂੰ ਘਰ ਵਸਾਉਣ ਵਾਸਤੇ ਇਸੇ ਤਰ੍ਹਾਂ ਗਰੀਬ ਲੋਕ ਬੱਚਿਆਂ ਨੂੰ ਵੇਚਦੇ ਸੀ ਅਮੀਰ ਲੋਕ ਖਰੀਦ ਲੈਂਦੇ ਸੀ ਮੰਡੀ ਲੱਗਦੀ ਸੀ ਬੱਚਿਆਂ ਦੀ ਜੇ ਕਿਸੇ ਨੂੰ ਬਹੁਤੀ ਜ਼ਰੂਰਤ ਪੈ ਜੇ ਉਹ ਬੱਚੇ ਨੂੰ ਨਾਲ ਉਂਗਲ ਤੋਂ ਫੜ ਕੇ ਲੈ ਜਾਂਦਾ ਸੀ ਅਤੇ ਆਵਾਜ਼ ਦਿੰਦਾ ਸੀ ਵੀ ਭਾਈ ਕਿਸੇ ਨੇ ਗੋਲਾ ਖਰੀਦਣਾ ਹੈ ਕਿਸੇ ਨੇ ਗੋਲਾ ਲੈਣਾ ਹੈ ਅਤੇ ਲੈ ਲਓ ਆਖੋ ਸ੍ਰੀ ਵਾਹਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਭਗਤ ਤ੍ਰਿਲੋਚਨ ਜੀ ਦੇ ਘਰ ਕੰਮ ਬਹੁਤ ਸੀ ਮਹਾਂਪੁਰਸ਼ ਬੜੇ ਆਉਂਦੇ ਸੀ ਲੰਗਰ ਪਾਣੀ ਚੱਲਦਾ ਸੀ ਤ੍ਰਿਲੋਚਨ ਦੀ ਪਤਨੀ ਕਹਿਣ ਲੱਗੀ ਤ੍ਰਿਲੋਚਨ ਨੂੰ ਭਗਤ ਜੀ ਮੈਂ ਇਕੱਲੀ ਔਖੀ ਹੁੰਦੀ ਹਾਂ ਤੁਸੀਂ ਕੋਈ ਨੌਕਰ ਖਰੀਦ ਲਿਆਓ ਕੋਈ ਨੌਕਰ ਲੈ ਕੇ ਆਵੋ ਜਿਹੜਾ ਆਪਾਂ ਘਰ ਵਿੱਚ ਰੱਖ ਲਈਏ ਆਪਣੇ ਘਰ ਦਾ ਸਾਰਾ ਕੰਮ ਕਰੇ ਉਹ ਪੱਕੇ ਹੀ ਰੱਖਦੇ ਸੀ ਕਈ ਲੜਕੀਆਂ ਪੱਕੀਆਂ ਰੱਖ ਲੈਂਦੀਆਂ ਘਰਾਂ 'ਚ ਸ਼ਾਦੀਆਂ ਵੀ ਫਿਰ ਆਪ ਕਰਦੇ ਨੇ ਬੜੇ ਲੋਕਾਂ ਦੇ ਘਰਾਂ 'ਚ ਦੇਖਿਆ ਗਰੀਬ ਘਰਾਂ ਦੀਆਂ ਲੜਕੀਆਂ
ਬਚਪਨ ਤੋਂ ਹੀ ਆ ਜਾਂਦੀਆਂ, ਪਤਾ ਨਹੀਂ ਕਿੱਥੇ ਉਹਨਾਂ ਦੇ ਪਿਓ ਮਾਂ ਕਿਹੜੇ ਉਹ ਦੇਸ਼ ਦੀਆਂ, ਉਹਨਾਂ ਨੂੰ ਭੁੱਲ ਜਾਂਦਾ। ਨੌਕਰ ਲੱਭਣ ਵਾਸਤੇ, ਨੌਕਰ ਵਾਸਤੇ ਰੋਜ਼ ਕਹਿੰਦੀ ਤਰਲੋਚਨ ਦੇ ਘਰ ਵਾਲੀ ਕਿ ਨੌਕਰ ਲਿਆਓ, ਮੈਂ ਬੜੀ ਔਖੀ ਹੁੰਦੀ ਹਾਂ, ਸਾਰਿਆਂ ਦਾ ਲੰਗਰ ਪਕਾਉਣਾ, ਭਾਂਡੇ ਮਾਂਜਣੇ, ਸੇਵਾ ਕਰਨੀ। ਅਤੇ ਕਹਿੰਦੇ ਮਨ ਦੀ ਇੱਛਾ ਬਣੀ ਭਗਤਾਂ ਦੀ ਕਿ ਸਾਨੂੰ ਨੌਕਰ ਚਾਹੀਦਾ, ਅਤੇ ਆਪ ਪਰਮੇਸ਼ਰ ਪਰਮਾਤਮਾ ਨੌਕਰ ਬਣ ਕੇ ਆ ਗਿਆ। ਆਖੋ ਸ੍ਰੀ ਵਾਹਿਗੁਰੂ। ਆਪ ਨੌਕਰ ਬਣ ਕੇ ਆ ਗਿਆ। ਗਲੀ 'ਚ ਆਵਾਜ਼ ਦੇਣ ਲੱਗਾ ਵੀ ਮੈਨੂੰ ਕੋਈ ਨੌਕਰ ਰੱਖ ਲਓ, ਕੋਈ ਨੌਕਰ ਰੱਖ ਲਓ। ਪੜਿਓ ਭਾਈ, ਹਰੀ ਨੇ ਉੱਚੀ ਉੱਚੀ ਰੋਲਾ ਪਾਇਆ, ਕੋਈ ਨੌਕਰ ਰੱਖ ਲੋ। ਹਰੀ ਨੇ ਉੱਚੀ ਉੱਚੀ ਰੋਲਾ ਪਾਇਆ, ਕੋਈ ਨੌਕਰ ਰੱਖ ਲੋ ਜੀ। ਸਭ ਦੇ ਆਉਂਦੀਆਂ, ਜਵਾਈ ਸਭ ਨੂੰ ਮਿਲਦੇ ਆ, ਪਰ ਇਹਨਾਂ ਵਿੱਚ ਫਰਕ ਏ ਕਿ ਕੋਈ ਚੰਗਾ ਨੌਕਰ ਮਿਲ ਜੇ, ਕੋਈ ਚੰਗਾ ਜਵਾਈ ਭਾਈ ਲੱਭ ਜੇ, ਕੋਈ ਚੰਗੀ ਨੂੰਹ ਰਾਣੀ ਘਰ ਵਿੱਚ ਆ ਜੇ। ਇਹ ਫਿਰ ਕਰਮਾਂ ਦੀ ਸੌਦੀ ਆ ਕਿ ਚੰਗੇ ਕਈਆਂ ਨੂੰ ਐਸੇ ਨੌਕਰ ਮਿਲਦੇ ਆ ਕਿ ਪੁੱਤਰਾਂ ਤੋਂ ਵੱਧ ਵਫਾਦਾਰ ਹੁੰਦੇ, ਵੱਧ ਕੰਮ ਕਰਦੇ ਆ, ਦਿਲ ਲਾ ਕੇ ਕਰਦੇ। ਇਹ ਪੁੰਨਾਂ ਦੀ ਲੋੜ ਏ ਭਗਤੀ ਦੀ। ਤੁਹਾਡੀ ਸਿਮਰਨ ਭਗਤੀ ਪੱਲੇ ਆ, ਨਾਮ ਪੱਲੇ ਆ, ਫਿਰ ਉਹੋ ਜਿਹੀ ਫਲ ਲੱਗਣੇ
ਕਿ ਫਲ ਕਿਹੋ ਜਿਹੇ ਲੱਗਣਗੇ ਜਿਹੋ ਜਿਹੇ ਤੁਸੀਂ ਬੂਟੇ ਲਾਏ, ਪੁੱਤ ਧੀਆਂ ਕਿਹੋ ਜਿਹੇ ਹੋਣਗੇ ਜਿਹੋ ਜਿਹੀ ਤੁਸੀਂ ਸੇਵਾ ਸਿਮਰਨ ਭਗਤੀ ਕੀਤੀ, ਉਹੀ ਬੱਚੇ ਬਣ ਕੇ ਆਉਣੇ ਤੁਹਾਡੇ ਘਰ, ਮਿੱਤਰ ਬਣ ਕੇ ਆਉਣੇ ਆ, ਰਿਸ਼ਤੇਦਾਰ ਬਣ ਕੇ ਆਉਣੇ ਹਾਂ। ਰਿਸ਼ਤੇਦਾਰ ਉਹ ਵੀ ਹੁੰਦੇ ਆ ਜਿਹੜੇ ਭੰਬਲ ਭੂਸਿਆਂ ਜੀ ਪਾਈ ਰੱਖਦੇ ਆ, ਲਹੂ ਪੀਂਦੇ ਨੇ, ਪੁੱਤਰ ਧੀਆਂ ਵੀ ਹੁੰਦੇ ਨੇ, ਨੌਕਰ ਵੀ ਹੁੰਦੇ ਆ ਜਿਹੜੇ ਲੁੱਟੀ ਜਾਂਦੇ ਆ। ਚੰਗੀਆਂ ਚੀਜ਼ਾਂ ਗੁਰੂ ਦੀ ਰਹਿਮਤ ਦੇ ਨਾਲ ਮਿਲਦੀਆਂ, ਚੰਗੀ ਔਲਾਦ, ਚੰਗਾ ਕੋਈ ਗੁਲਾਮ ਮਿਲ ਜੇ, ਕੋਈ ਚੰਗੀ ਨੁਕਰਾਣੀ ਮਿਲ ਜਾਵੇ, ਬੱਚਿਆਂ ਨੂੰ ਵੀ ਸੰਭਾਲੇ, ਘਰ ਵੀ ਸੰਭਾਲੇ, ਸਫਾਈਆਂ ਵੀ ਕਰੇ, ਸਾਰੇ ਕੰਮ ਹੀ ਸਾਰੇ ਬੋਝ ਉੱਤਰ ਜਾਂਦੇ ਆ। ਅਤੇ ਜੇ ਕਿਸੇ ਦੇ ਖੋਟ ਹੋਵੇ ਤਾਂ ਫਿਰ ਔਖਾ ਹੁੰਦਾ। ਪੜ੍ਹੋ ਸੰਤਾਂ ਕੇ ਕਾਰਜ ਆਪਣੇ ਹਰ ਕੰਮ ਕਰਾਵਣਿਆ, ਹਰ ਕੰਮ ਕਰਾਵਣਿਆ, ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉੱਠਦਾ।
ਰੋਲਾ ਪਾਇਆ ਕੋਈ ਨੌਕਰ ਰੱਖ ਲੋ ਦੀ ਹਰੀ ਨੇ ਜੀ ਜੀ ਰੋਲਾ ਪਾਇਆ ਕੋਈ ਨੌਕਰ ਰੱਖ ਲੋ ਅੰਤਰਜਾਮੀ ਆ ਗਿਆ ਨੌਕਰ ਬਣ ਕੇ। ਜਦੋਂ ਮਾਇਆ ਵਰਤਾਏ ਫਿਰ ਸਮਝ ਨਹੀਂ ਪੈਂਦੀ, ਬਾਜ਼ਾਰ ਤਾਂ ਦੱਸ ਵੀ ਦਿੰਦੇ ਸਾਰੀ ਪਰ ਬੰਦੇ ਨੂੰ ਸਮਝ ਹੀ ਨਹੀਂ ਪੈਂਦੀ। ਤ੍ਰਿਲੋਚਨ ਜੀ ਨੇ ਬਾਹਰ ਨਿਗਾਹ ਮਾਰੀ, ਗਲੀ 'ਚ ਆਵਾਜ਼ ਆ ਰਹੀ ਹੈ, ਘਰ ਲੈ ਕੇ ਆ ਗਏ। ਕਹਿਣ ਲੱਗੇ ਤੇਰਾ ਨਾਂ ਕੀ ਹੈ? ਕਹਿੰਦੇ ਜੀ ਮੇਰਾ ਨਾਂ ਅੰਤਰਜਾਮੀ ਕਹਿੰਦੇ ਲੋਕ। ਦੱਸ ਵੀ ਦਿੱਤਾ ਕਿ ਮੈਂ ਆਪ ਪਰਮੇਸ਼ਰ ਹਾਂ, ਮੈਨੂੰ ਅੰਤਰਜਾਮੀ ਕਹਿੰਦੇ ਆ। ਮੈਨੂੰ ਨੌਕਰ ਲੱਗਣਾ, ਕਹਿੰਦੇ ਜੀ ਮੈਨੂੰ ਨੌਕਰ ਰੱਖ ਲਓ। ਤ੍ਰਿਲੋਚਨ ਜੀ ਹੁਣ ਨੌਕਰ ਭਾਲਦੇ ਸੀ, ਨੌਕਰ ਆਪ ਹੀ ਚੱਲ ਕੇ ਆ ਗਏ। ਕਿਹਾ ਵੀ ਤੇਰੀ ਨੌਕਰੀ ਕੀ ਹੈ, ਕਿੰਨੇ ਪੈਸੇ ਵਸੂਲ ਕਰੇਗਾ ਤੂੰ? ਕਹਿੰਦੇ ਜੀ ਮੈਂ ਪੈਸੇ ਨਹੀਂ ਲੈਂਦਾ, ਮਾਇਆ ਨਾਲ ਨਹੀਂ ਮੈਂ ਕਿਸੇ ਦੇ ਕੰਮ ਕਰਦਾ। ਕਾਹਦੇ ਨਾਲ ਕਰਦਾ ਹੈ? ਕਹਿੰਦੇ ਜਿੰਨਾ ਮੇਰੇ ਨਾਲ ਕੋਈ ਮੇਰਾ ਪ੍ਰੇਮ ਕਰੇਗਾ ਓਨਾ ਮੈਂ ਜ਼ਿਆਦਾ ਕੰਮ ਕਰਾਂਗਾ। ਮੈਂ ਪ੍ਰੇਮ ਦਾ ਭੁੱਖਾ ਆਖੋ ਸੀ ਕਿ ਮੇਰੇ ਨਾਲ ਜੇ ਮਾਲਕ ਪ੍ਰੇਮ ਕਰੇਗਾ ਓਨਾ ਹੀ ਮੈਂ ਕੰਮ ਕਰਾਂਗਾ। ਭੇਟਾ ਕੀ ਹੈ? ਕਹਿੰਦੇ ਭੇਟਾ ਕੋਈ ਨਹੀਂ, ਸਿਰਫ ਮੈਨੂੰ ਪਿਆਰ ਦੀ ਭੁੱਖ ਹੈ। ਉਹਨਾਂ ਨੇ ਕਿਹਾ ਭੁੱਖਾ ਨਹੀਂ ਪਦਾਰਥਾਂ ਦਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੁਰੂ ਨਾਲ ਪ੍ਰੀਤ ਕਰੋ, ਗੁਰੂ ਨਾਲ ਪਿਆਰ ਕਰੋ, ਗੁਰੂ ਨੂੰ ਯਾਦ ਕਰੋ। ਪੈਸਿਆਂ ਦਾ ਭੁੱਖਾ ਨਹੀਂ ਕਿਹਾ, ਮੈਂ ਇੰਨੀ ਮਾਇਆ ਚੜ੍ਹਾ ਦੇਵਾਂਗਾ ਉਹਨੂੰ ਕੋਈ ਭੁੱਖ ਨਹੀਂ, ਉਹ ਤਾਂ ਮਾਇਆ ਦਿੰਦਾ। ਮੈਂ ਇੰਨੇ ਬਸਤਰ ਬਣਾ ਕੇ ਦਿਆਂਗਾ ਉਹਨੂੰ, ਬਸਤਰਾਂ ਦੀ ਵੀ ਭੁੱਖ ਨਹੀਂ। ਉਹ ਤਾਂ ਸਾਰੀਆਂ ਚੀਜ਼ਾਂ ਸਾਨੂੰ ਦਿੰਦਾ। ਕਹਿੰਦੇ ਜੇ ਭੁੱਖਾ ਹੈ ਤਾਂ ਉਹ ਕੇਵਲ ਅਤੇ ਕੇਵਲ ਪ੍ਰੇਮ ਦਾ ਭੁੱਖਾ ਹੈ। ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾਏ ਕੇ ਸੁੱਖਾ, ਝੁੱਗੀ ਜਾਏ ਵਲਾਇਣ ਸਭਨਾ ਦੇ ਜੀ ਅੰਦਰ ਤੁਖਾ, ਭਿਖਮ ਦੁਰਨਾ ਕਰਨ ਤਾਂ ਜੇ ਸਭਾ ਸ਼ਿੰਗਾਰ ਵੱਡੇ ਮਨੁੱਖਾ, ਝੁੱਗੀ ਜਾਏ ਵਲਾਇਣ ਸਭਨਾ ਦੇ ਜੀ ਅੰਦਰ ਤੁਖਾ, ਹੱਸ ਭੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨਮੁਖਾ, ਤੇਰੇ ਭਾਵਨਾ ਦੀ ਸਹੀ ਮੇਰੇ ਨਾਹੀ ਆਪ ਦਾ ਦੁੱਖਾ, ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉਣਾ, ਚੁੱਖਾ ਗੋਬਿੰਦ ਭਾਉ ਭਗਤ ਦਾ ਭੁੱਖਾ। ਕੀ ਤੇਰੀ ਭੇਟਾ ਹੈ? ਭੇਟਾ ਮੇਰੀ ਪਿਆਰ ਏ
ਮੈਂ ਭਾਉ ਭਗਤ ਦਾ ਪ੍ਰੇਮ ਦਾ ਭੁੱਖਾ ਨਾ, ਮੇਰਾ ਅੰਤਰਜਾਮੀ। ਪਰ ਮੇਰੀ ਇੱਕ ਸ਼ਰਤ ਹੈ। ਕਹਿੰਦੇ ਜੀ ਦੱਸੋ, ਕੰਮ ਨੌਕਰੀ ਮੈਂ ਕਰਾਂਗਾ ਪਰ ਮੈਂ ਇੱਕ ਸ਼ਰਤ ਰੱਖ ਕੇ ਕਰਦਾ, ਭੇਟਾ ਮੈਂ ਕੋਈ ਨਹੀਂ ਲੈਣੀ, ਮੇਰੇ ਨਾਲ ਪ੍ਰੇਮ ਕਰੋ, ਪਿਆਰ ਕਰੋ, ਪਿਆਰ ਨਾਲ ਜਿੰਨਾ ਮਰਜ਼ੀ ਕੰਮ ਲੈ ਲਓ। ਸ਼ਰਤ ਮੇਰੀ ਇਹ ਆ ਕਿ ਜੇ ਮੇਰੀ ਤੁਸੀਂ ਕੋਈ ਨਿੰਦਿਆ ਕਰੇਗਾ ਤਾਂ ਮੈਂ ਚਲਾ ਜਾਵਾਂ, ਜੇ ਕੋਈ ਮੈਨੂੰ ਮਾੜਾ ਬੁਰਾ ਆਖੇਗਾ ਤਾਂ ਉਸ ਦਿਨ ਮੈਂ ਚਲੇ ਜਾਵਾਂਗਾ, ਉਸ ਦਿਨ ਰਹਿਣਾ ਨਹੀਂ। ਗੋਬਿੰਦ ਭਾਉ ਭਗਤ ਦਾ ਭੁੱਖਾ। ਕਹਿਤ ਕਬੀਰ ਸੰਸਾ ਭਰਮ ਚੂਕੋ ਤਰੂ ਪ੍ਰਹਿਲਾਦ ਨਿਵਾਜਾ। ਸ਼ਰਤ ਜੇ ਮੇਰੀ ਨਿੰਦਿਆ ਕਰੋਗੇ, ਬੁਰਾ ਭਲਾ ਕਹੋਗੇ ਤਾਂ ਮੈਂ ਨਹੀਂ ਰਹਾਂਗਾ, ਮੈਂ ਚਲਾ ਜਾਵਾਂਗਾ, ਰੱਖ ਲਿਆ ਨੌਕਰ। ਪਤਾ ਕੋਈ ਵੀ ਨਹੀਂ ਤ੍ਰਿਲੋਚਨ ਨੂੰ, ਨਾ ਭਗਤਨੀ ਨੂੰ, ਨਾ ਭਗਤ ਨੂੰ, ਕਿ ਆਪ ਰੱਬ ਹੀ ਜਿਹੜਾ ਕੰਮ ਕਹਿੰਦੇ ਆ ਉਹ ਕੰਮ ਹੋਇਆ ਹੀ ਵੇਖਦੇ ਆ। ਫਿਰ ਵੀ ਨਹੀਂ ਉਹ ਸੋਚਦੇ ਵੀ ਇਹਦੀ ਕਲਾ ਹੀ ਇਹੋ ਜਿਹੀ, ਇੱਕ ਮਿੰਟ 'ਚ ਕੰਮ ਕਰਦਾ। ਸਾਰੀਆਂ ਸ਼ਕਤੀਆਂ ਜਿਹਦੇ ਅਧੀਨ ਨੇ। ਜਿਹੜਾ ਵੀ ਕੰਮ ਕਹਿੰਦੇ ਆ ਭਗਤ ਭਗਤ ਨਹੀਂ, ਬਸ ਹੋਇਆ ਹੀ ਦੇਖਦੇ ਆ। ਕਹਿੰਦੇ ਕਿਹਾ ਸੀ ਵੀ ਤੂੰ ਖਾਏਗਾ, ਕਿੰਨੀ ਕੁ ਤੇਰੀ ਖੁਰਾਕ ਹੈ? ਕਹਿੰਦੇ ਜਿੰਨਾ ਤੁਸੀਂ ਮੈਨੂੰ ਪ੍ਰੇਮ ਨਾਲ ਖਵਾਈ ਜਾਓਗੇ ਮੈਂ ਖਾ ਲਾਂਗਾ, ਮੰਗਾਂਗਾ ਨਹੀਂ, ਜੋ ਖਵਾਓਗੇ ਉਹ ਖਾਵਾਂਗਾ। ਮੰਗਾਂਗਾ ਨਹੀਂ ਬਿਲਕੁਲ। ਮਨ ਵਿੱਚ ਆ ਗਿਆ ਵੀ ਨੌਕਰ ਕੰਮ ਬੜਾ ਕਰਦਾ ਹੈ, ਇਹਨੂੰ ਅਸੀਂ ਰੋਟੀ ਪਾਣੀ ਸਭ ਕੁਝ ਹਿਸਾਬ ਦਾ ਹੀ ਦਿੰਦੇ ਹਾਂ, ਵੇਖੀਏ ਤਾਂ ਅਸੀਂ ਇਹ ਕਿੰਨਾ ਕੁ ਖਾਂਦਾ ਹੈ। ਉਹ ਜਿੰਨਾ ਪਕਾਈ ਜਾਵੇ ਓਨਾ ਹੀ ਨੌਕਰ ਖਾਈ ਜਾਵੇ, ਉਹਨੂੰ ਫਿਰ ਵੀ ਸਮਝ ਆਈ ਵੀ ਇੰਨਾ ਕੌਣ ਖਾ ਸਕਦਾ। ਗੁਆਂਢਣ ਸੀ ਕੋਈ ਸਹੇਲੀ, ਉਹਦੇ ਕੋਲ ਗੱਲ ਕਰ ਬੈਠੀ ਵੀ ਪਤਾ ਨਹੀਂ ਕਿੱਥੋਂ ਦਾ ਭੁੱਖਾ ਆ ਗਿਆ ਸਾਡੇ ਘਰ, ਇਹ ਤਾਂ ਰੱਜਦਾ ਹੀ ਨਹੀਂ। ਇੰਨਾ ਹੀ ਕਿਹਾ ਸੀ ਉਹਨੇ ਤਰਲੋਚਨ ਦੀ ਘਰ ਵਾਲੀ ਭਗਤਨੀ ਨੇ, ਕਹਿੰਦੇ ਮੈਂ ਬਹੁਤ ਰੋਟੀਆਂ ਪਕਾਈਆਂ ਪਰ ਇੰਨਾ ਛਟੀ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ, ਰੱਜਦਾ ਹੀ ਨਹੀਂ, ਰੱਜਿਆ ਹੀ ਨਹੀਂ। ਬਦਨਾਮੀ ਕੀਤੀ, ਭਗਵਾਨ ਤਾਂ ਅੰਤਰਜਾਮੀ ਸੀ, ਉਹਨਾਂ ਨਾਮ ਹੀ ਅੰਤਰਜਾਮੀ ਦੱਸਿਆ ਕਿ ਮੇਰੇ ਤੋਂ ਕੋਈ ਚੀਜ਼ ਲੁਕੀ ਛਿਪੀ ਨਹੀਂ ਰਹਿਣੀ। ਆਖੋ ਸ੍ਰੀ ਮਨ ਅੰਦਰ ਦੀਆਂ ਜਾਣਦਾ ਹੈ, ਹਰ ਅੰਤਰਜਾਮੀ ਸਭ ਵਿਦ ਜਾਣੀ ਤਾਂ ਕਿਸ ਪੈ ਆਖ ਸੁਣਾਈ। ਪ੍ਰਭ ਮੇਰਾ ਅੰਤਰਜਾਮੀ ਜਾਣ, ਕਰ ਕਿਰਪਾ ਪੂਰਨ ਪਰਮੇਸ਼ਰ
ਨਿਚਲ ਸੱਚ ਸ਼ਬਦ ਨਿਸ਼ਾ ਆ
ਅੰਤਰਜਾਮੀ ਸ਼ਰਤ ਹੀ ਇਹ ਰੱਖੀ ਸੀ ਜਿੱਦਣ ਮੇਰੀ ਬੁਰਿਆਈ ਕਰੋਗੇ ਨਿੰਦਿਆ ਕਰੋਗੇ ਮੈਂ ਰਾਂ ਗਾਣੀ ਅਤੇ ਫਿਰ ਤੁਹਾਨੂੰ ਲੱਭਾਂਗਾ ਵੀ ਨਹੀਂ ਫਿਰ ਤੁਸੀਂ ਤਰਸੋਗੇ ਅੱਜ ਬੁਰਿਆਈ ਕੀਤੀ ਬਸ ਅੰਤਰਜਾਮੀ ਲੱਭੀ ਨਹੀਂ ਕਿਆ ਨੌਕਰ ਬੜਾ ਕੰਮ ਕਰਦਾ ਸੀ ਬੜਾ ਚੰਗਾ ਸੀ ਪਤਾ ਨਹੀਂ ਕਿੱਥੇ ਚਲਾ ਗਿਆ ਅੱਜ ਸੋਝੀ ਪੈ ਗਈ ਭਗਤ ਜੀ ਨੂੰ ਵੀ ਅੱਖਾਂ ਉਦੋਂ ਖੁੱਲੀਆਂ ਜਦੋਂ ਅੰਤਰਜਾਮੀ ਘਰੋਂ ਚਲਾ ਗਿਆ ਵੀ ਇਹ ਤਾਂ ਆਪ ਪਰਮਾਤਮਾ ਸੀ ਪਰਮੇਸ਼ਰ ਸੀ ਪ੍ਰਗਟ ਹੋਇਆ ਸੀ ਅਤੇ ਅਲੋਪ ਹੋ ਗਿਆ ਆਖੋ ਸੀ ਭਾਵਨਾ ਤੇ ਗੁਰੂ ਪ੍ਰਗਟ ਹੁੰਦਾ ਹੈ ਮਾੜੇ ਕਰਮਾਂ ਕਰਕੇ ਗੁਰੂ ਅਲੋਪ ਹੋ ਜਾਂਦਾ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂੰ ਦੇਣ ਉਹ ਕਹਿੰਦੀ ਲਿਆਓ ਲੱਭ ਕੇ ਸਾਰੇ ਢੂੰਡਦੇ ਕਿਤੇ ਨਹੀਂ ਲੱਭਿਆ ਸਮੱਤ ਮਿਲ ਗਈ ਸੋਝੀ ਮਿਲ ਗਈ ਕਿ ਉਹ ਤਾਂ ਅੰਤਰਜਾਮੀ ਵਾਹਿਗੁਰੂ ਪਰਮਾਤਮਾ ਸੀ ਮਿੰਟਾਂ 'ਚ ਹੀ ਸਾਰੇ ਕੰਮ ਕਰਦਾ ਸੀ ਕੰਮ ਕਰਨ ਦੀ ਲੋੜ ਹੀ ਨਹੀਂ ਸੀ ਸਾਰੇ ਕੰਮ ਆਪ ਹੀ ਹੁੰਦੇ ਸੀ ਜਦੋਂ ਸਮੱਤ ਪਈ ਤਾਂ ਉਹ ਬੜੀ ਰੋਈ ਤਾਂ ਉਸ ਮੌਕੇ ਤਰਲੋਚਨ ਜੀ ਨੇ ਫਿਰ ਆਖਿਆ ਆਪਣੀ ਘਰਵਾਲੀ ਨੂੰ ਇਹ ਸ਼ਬਦ ਹੈ ਗੁਰਬਾਣੀ 'ਚ ਨਰਾਇਣ ਨਿੰਦਸ ਕਾਏ ਭੁੱਲੀ ਗੁਵਾਰੀ ਰੱਬ ਦੀ ਥੋੜ੍ਹਾ ਨਿੰਦਿਆ ਕਰੀਦੀ ਰੱਬ ਦੇ ਪਿਆਰਿਆਂ ਨੂੰ ਥੋੜ੍ਹਾ ਮਾੜਾ ਬੋਲੀਦਾ ਰੱਬ ਦੀ ਸੰਗਤ ਨੂੰ ਮਾੜਾ ਨਹੀਂ ਕਹੀਦਾ ਗੁਰੂ ਦੀ ਸੰਗਤ ਨੂੰ ਇਹ ਤਾਂ ਬਖਸ਼ਿਸ਼ ਕਰਕੇ ਗੁਰੂ ਦੀ ਸੰਗਤ ਆਉਂਦੀ ਹੈ ਕਿਤੇ ਪ੍ਰੋਗਰਾਮ ਸੀ ਸੰਗਤ ਗਈ ਅਤੇ ਉਹ ਆਪਸ ਪਰਿਵਾਰ ਕਿਤੇ ਗੱਲਾਂ ਕਰਨ ਲੱਗਾ ਕਿ ਉੱਧਰ ਤਾਂ ਕਰੋਨਾ ਹੈ ਉੱਧਰ ਬਾਬੇ ਸੰਗਤ ਬੜੀ ਲੈ ਆਈ ਪਤਾ ਨਹੀਂ ਕੀ ਹੋਏਗਾ ਉਹ ਗੱਲਾਂ ਕਰਨ ਘਰੇ ਅਤੇ ਜਵਾਕ ਉਹਨਾਂ ਦਾ ਛੋਟਾ ਸੀ ਉਹਨੇ ਕਿਤੇ ਸਾਡੇ ਸਾਹਮਣੇ ਕਰਦੀਆਂ ਕਿ ਇੰਨੀ ਸੰਗਤ ਆ ਗਈ ਕਰੋਨਾ ਉੱਤੋਂ ਪਤਾ ਨਹੀਂ ਕੀ ਹੋ ਜਾਏਗਾ ਮੈਂ ਕਿਹਾ ਵੀ ਤੇਰੇ ਮਾਂ ਪਿਓ ਗੱਲਾਂ ਕਰਦੇ ਕਹਿੰਦੇ ਹਾਂ ਮੇਰੇ ਮਾਂ ਪਿਓ ਕਰਦੇ ਸੀ ਮੈਂ ਉਹਨਾਂ ਨੂੰ ਫਿਰ ਸਮਝਾਇਆ ਭਾਈ ਤੁਸੀਂ ਵੱਡੇ ਭਾਗ ਸਮਝੋ ਸੰਗਤ ਬਿਮਾਰੀ ਤੁਹਾਡੀ ਕੱਟ ਕੇ ਜਾਏਗੀ ਬਿਮਾਰੀ ਫੈਲਾ ਕੇ ਨਹੀਂ ਜਾਏਗੀ ਇਹ ਗੁਰੂ ਨਾਨਕ ਦੀ ਸੰਗਤ ਇਹ ਕਰੋਨਾ ਵੀ ਜ਼ੋਰ 'ਤੇ ਸੀ ਪਿੰਡ ਵਾਲੇ ਵੀ ਇਕੱਠੇ ਹੋ ਕੇ ਆ ਗਏ ਉਹਨਾਂ ਕੋਲੋਂ ਲੋਨਾ ਵਾਲੇ ਸੀ ਵੀ ਇੰਨੇ ਬੰਦੇ ਇੱਥੇ ਆ ਰਹੇ ਤੁਹਾਡੇ ਕੋਲ ਅਸੀਂ ਕਿਹਾ ਤੁਹਾਡਾ ਕਰੋਨਾ ਉਹਨਾਂ ਨੂੰ ਸਮਝਾਇਆ ਵੀ ਤੁਹਾਡੀ ਬਿਮਾਰੀ ਕੱਟੀ ਜਾਏਗੀ ਫੈਲੇਗੀ ਨਹੀਂ ਬੇਸ਼ੱਕ ਤੁਸੀਂ ਇਸ ਨੂੰ ਸਮਝਦੇ ਹੋ ਅਤੇ ਨਾ ਆਵੋ
ਫਿਰ ਗੁਰੂ ਨੇ ਮਿਹਰ ਕੀਤੀ, ਦੁੱਖ ਕੱਟੇ ਗਏ, ਦੁੱਖ ਬਿਮਾਰੀਆਂ ਫੈਲਦੀਆਂ ਨੇ। ਕਹਿੰਦੇ ਨਰਾਇਣ ਨਿੰਦਸ ਕਾਹੇ ਭੁੱਲੀ ਗੁਆਰੀ, ਦੁਕਿਰਤ ਸੁਕਿਰਤ ਥਾਰੋ ਕਰਮਰੀ। ਚੰਗੇ ਕਰਮਾਂ ਕਰਕੇ ਗੁਰੂ ਮਿਲਦੇ ਆ, ਮਾੜੇ ਕਰਮਾਂ ਕਰਕੇ ਵਿਛੋੜੇ ਪੈਂਦੇ ਆ। ਚੰਗੀਆਂ ਭਾਗਾਂ ਕਰਕੇ ਸੰਗਤ ਆਉਂਦੀ ਹੈ, ਮਾੜੇ ਭਾਗ ਹੋਣ ਤੇ ਸੰਗਤ ਫਿਰ ਆਉਂਦੀ ਨਹੀਂ, ਸੰਗਤ ਚਲੀ ਜਾਂਦੀ ਹੈ, ਅਲੋਪ ਹੋ ਜਾਂਦੀ। ਇਹਨੂੰ ਤਰਸੋ। ਕਹਿੰਦੇ ਜੀ ਬਾਬਾ ਜੀ ਆਉਂਦੇ ਆ, ਸਾਡਾ ਇੰਨਾ ਲੱਖਾਂ ਰੁਪਈਆ ਖਰਚ ਹੋ ਜਾਂਦਾ ਹੈ। ਮੈਂ ਕਿਹਾ ਲੱਖਾਂ ਖਰਚ ਨਹੀਂ ਹੁੰਦਾ, ਲੱਖਾਂ ਦੇ ਕੇ ਜਾਂਦੀ ਸੰਗਤ ਗੁਰੂ ਨਾਨਕ ਦੀ। ਤੁਹਾਡੇ ਕੋਲ ਕੀ ਸੀ? ਸਾਰਾ ਸੰਗਤ ਨੇ ਦਿੱਤਾ ਹੈ। ਕਹਿੰਦੇ ਜੀ ਅਸੀਂ ਮਾਂ ਪਿਓ ਨਾਲ ਵੀ ਗੱਲ ਕਰ ਸਕਦੇ ਹਾਂ, ਤੁਹਾਡੇ ਨਾਲ ਵੀ, ਅਸੀਂ ਇੰਨਾ ਭਾਰ ਸਹਿਣ ਜੋਗੇ ਹੈ ਨਹੀਂ। ਅਸੀਂ ਕਿਹਾ ਅਸੀਂ ਭਾਰ ਪਾਉਂਦੇ ਹੀ ਨਹੀਂ ਭਾਈ, ਇਹ ਸੰਗਤ ਗੁਰੂ ਨਾਨਕ ਦੀ ਹੈ, ਇੱਥੋਂ ਕੋਈ ਖਾਲੀ ਨਹੀਂ ਜਾਂਦਾ, ਇਹ ਤਾਂ ਸਾਡੇ ਦੁੱਖ ਬਿਪਤਾ ਕੱਟਦੀ ਹੈ ਅਤੇ ਸਾਡੇ ਘਰ ਭਰ ਕੇ ਜਾਂਦੀ, ਇਹ ਤਾਂ ਦਾਤਾਂ ਦੇ ਕੇ ਜਾਂਦੀ ਸੰਗਤ। ਹੁਣ ਉਹ ਬਹੁਤ ਰੋਂਦੀ ਕਰਲਾਉਂਦੀ ਹੈ ਕਿ ਮੈਂ ਮਾੜਾ ਬੋਲਿਆ, ਆਪ ਪ੍ਰਭੂ ਘਰ ਮੇਰੇ ਆਏ, ਰਿਸ਼ੀ ਮੁਨੀ ਤਪਸਵੀ ਤਪ ਕਰਦੇ ਮਰ ਗਏ, ਉਹਨਾਂ ਨੂੰ ਰੱਬ ਨਹੀਂ ਮਿਲਿਆ, ਮੇਰੇ ਘਰ ਨੌਕਰ ਬਣ ਕੇ ਆਇਆ, ਮੈਂ ਪਛਾਣਿਆ ਨਹੀਂ। ਹਰ ਵੇਲੇ ਹੀ ਮੱਥੇ 'ਤੇ ਹੱਥ ਮਾਰਦੀ ਅਤੇ ਰੋਂਦੀ ਰਹਿੰਦੀ। ਮਹਾਂਪੁਰਖਾਂ ਨੇ ਸਮਝਾਇਆ, ਭਾਈ ਹੁਣ ਰੋਣ ਦਾ ਨਹੀਂ ਕੋਈ ਫਾਇਦਾ, ਇਹ ਚੰਗੇ ਮਾੜੇ ਕਰਮ ਨੇ ਸਾਡੇ, ਇਹ ਸਾਡੇ ਹੀ ਕਰਮ ਨੇ। ਚੰਗੇ ਭਾਗ ਉਹਦੇ ਹੋਏ ਸੀ ਅਤੇ ਮਹਾਂਪੁਰਸ਼ ਮਿਲ ਗਏ, ਗੁਰੂ ਮਿਲ ਗਏ, ਰੱਬ ਮਿਲ ਗਿਆ, ਮਾੜੇ ਭਾਗਾਂ ਕਰਮਾਂ ਨੇ ਜ਼ੋਰ ਪਾਇਆ ਅਤੇ ਵਿਛੋੜਾ ਪੈ ਗਿਆ। ਪੜ੍ਹੋ, ਖੋਟੇ ਕਰਮਾਂ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਖੋਟੇ ਕਰਮਾਂ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ ਕਰਕੇ ਮੇਰੇ ਬਾਬਾ ਜੀ। ਖੋਟੇ ਕਰਮਾਂ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ ਕਰਕੇ ਮੇਰੇ ਬਾਬਾ ਜੀ। ਵਿਆਖਿਆ ਹੈ ਸਾਰੀ ਸਿਰਫ ਇੰਨੀ ਪੰਕਤੀ ਦੀ ਕਿ ਕਰਮਾਂ ਕਰਕੇ
ਚੰਦਰਮਾ ਨੂੰ ਵੀ ਸ਼ਿਵਜੀ ਦੇ ਮੱਥੇ 'ਤੇ ਵੱਸਦਾ, ਫਿਰ ਵੀ ਚੰਦਰਮਾ ਕਲੰਕੀ। ਅਰਨ ਪਿੰਗਲਹਾਰੀ, ਸੂਰਜ ਤਪਦਾ ਸੜਦਾ ਹੈ, ਕਰਮਾਂ ਦੀ ਉਹਦੀ ਕਰਮੀ ਇਸੇ ਤਰ੍ਹਾਂ। ਸਾਰਿਆਂ ਬਾਰੇ ਫਿਰ ਦੱਸਿਆ, ਕਹਿੰਦੇ ਪੂਰਬਲੋ ਕਿਰਤ, ਜਿਹੜੇ ਪਿਛਲੇ ਕਰਮੇ ਮਿਟਦੇ ਨਹੀਂ ਭੋਗਣੇ ਪੈ ਜਾਂਦੇ। ਦੁਕਿਰਤ ਸਕਿਰਤ ਥਾਰੋ ਕਰਮ ਲਈ ਅਖੀਰ ਦੀ ਪੰਕਤੀ ਪੜਿਓ। ਪੂਰਬ ਲੋ ਕ੍ਰਿਤ ਕਰਮ ਨਾ ਬਟੈਰੀ ਘਰ ਗਏ ਹਣ, ਤਾਂ ਚੇ ਮੋਹੇ ਜਾਪੀਅਲੇ ਰਾਮ ਚੇ ਨਾਮ। ਕਹਿੰਦੇ ਕਰਮ ਜਿਹੜੇ ਮਿਟਦੇ ਨਹੀਂ, ਘਰ ਕੀ ਗੇਣ, ਭਾਵ ਮੇਰੀ ਘਰਵਾਲੀ ਏ, ਮੇਰੀ ਪਤਨੀ ਏ, ਇਹ ਪਿਛਲੇ ਕਰਮ ਮਿਟਦੇ ਨਹੀਂ, ਇਹਦੇ ਵਾਸਤੇ ਨਾਮ ਜਪਣਾ ਚਾਹੀਦਾ, ਇਹ ਮਿਟ ਜਾਣ, ਭੋਗਣੇ ਨਾ ਪੈਣ, ਗੁਰੂ ਐਵੇਂ ਲੰਘਾ ਦੇਵੇ। ਬਦਤ ਲੋਚਨ ਰਾਮ ਜੀ, ਇਸ ਕਰਕੇ ਨਾਮ ਜਪਣਾ ਚਾਹੀਦਾ। ਇਹ ਕਰਮਾਂ ਦੀ ਖੇਡ ਹੈ। ਧੰਨ ਗੁਰੂ ਨਾਨਕ ਸਾਹਿਬ ਜੀ, ਉਸ ਘਰ ਪ੍ਰਸ਼ਾਦ ਛਕਣਾ ਸੀ, ਉਹਨਾਂ ਨੇ ਸੋਚਿਆ ਆਪਾਂ ਨਾ ਬੱਚਾ ਵੇਚ ਦੀਏ, ਸੀ ਬੇਟੇ ਨੂੰ ਵੇਚ ਦੀਏ, ਗੁਰੂ ਨਾਨਕ ਸਾਹਿਬ ਨੂੰ ਜ਼ਰੂਰ ਲੰਗਰ ਪ੍ਰਸ਼ਾਦ ਛਕਾਉਣਾ ਹੈ, ਬਸਤਰ ਭੇਟ ਕਰਨੇ। ਗੁਰੂ ਸਾਹਿਬ ਬਸਤਰ ਕਿਸੇ ਦੇ ਲੈਂਦੇ ਨਹੀਂ ਸੀ, ਕਿਸੇ ਭਾਗਾਂ ਵਾਲੇ, ਕਿਉਂਕਿ 12-12 ਸਾਲ ਤੱਕ ਵੀ ਉਦਾਸੀ ਸੀ, ਇੱਕੋ ਹੀ ਨਹੀਂ ਸੀ ਚੋਲਾ। ਸੰਗਤਾਂ ਕੋਈ ਭੇਟ ਕਰਦੀਆਂ ਹੋਣਗੀਆਂ, ਬਸਤਰ ਮਹਾਰਾਜ ਪ੍ਰਵਾਨ ਕਰਦੇ ਹੋਣਗੇ। ਇਸ ਪਰਿਵਾਰ ਨੇ ਕਿਹਾ, ਮਹਾਰਾਜ ਜ਼ਰੂਰ ਠਹਿਰੋ ਸਾਡੇ ਕੋਲ, ਪਰ ਘਰ ਕੋਈ ਨਹੀਂ ਸੀ। ਸਾਖੀ ਤਾਂ ਲੰਮੀ, ਪਰ ਅਖੀਰ 'ਤੇ ਆਪਾਂ ਕਰ ਰਹੇ ਹਾਂ। ਬੱਚੇ ਨੂੰ ਵੇਚਣ ਵਾਸਤੇ ਬਾਜ਼ਾਰ 'ਚ ਲੈ ਗਏ ਵੀ ਆਪਣੇ ਘਰ ਗੁਰੂ ਨਾਨਕ ਦੇਵ ਜੀ ਨਿਰੰਕਾਰ ਰੱਬ ਆਇਆ ਹੈ, ਇਹਨਾਂ ਨੂੰ ਆਪਾਂ ਪ੍ਰਸ਼ਾਦ ਛਕਾਉਣਾ ਹੈ, ਬਸਤਰ ਦੇਣੇ ਆ, ਸੇਵਾ ਕਰਨੀ ਹੈ, ਤੈਨੂੰ ਅਸੀਂ ਵੇਚਣ ਲੱਗੇ ਹਾਂ, ਤੂੰ ਹੁਣ ਅਮੀਰ ਘਰ 'ਚ ਚਲਾ ਜਾਏਗਾ, ਕਿਸੇ ਵੱਡੇ ਘਰ 'ਚ ਜਿਹੜੀ ਤੇਰੀ ਭੇਟਾ ਹੈ ਉਹ ਗੁਰੂ ਦੇ ਲੇਖੇ ਲੱਗੇਗੀ, ਤੇਰੇ ਚੰਗੇ ਭਾਗ ਕਰਮ ਬਣ ਜਾਣਗੇ, ਗੁਰੂ ਦੀ ਸੇਵਾ ਹੋ ਜਾਏਗੀ, ਬੱਚਾ ਤਿਆਰ ਹੋ ਗਿਆ। ਨਹੀਂ ਤਾਂ ਬੱਚਿਆਂ ਨੂੰ ਮਾਂ ਬਾਪ ਤੋਂ ਬਗੈਰ ਨਹੀਂ ਰਹਿੰਦੇ, ਪਰ ਜਿਹੋ ਜਿਹੇ ਕੋਈ ਰਿਵਾਜ਼ ਚੱਲ ਪੈਣ ਫਿਰ ਉਵੇਂ ਚੱਲਦੇ ਆ। ਵੇਚਣ ਵਾਸਤੇ ਹੋਕਾ ਦੇ ਰਿਹਾ ਹੈ, ਕਹਿੰਦੇ ਬਾਬਾ ਜੀ ਕਹਿੰਦੇ ਸੀ ਉਹ ਬੱਚਾ ਹੀ ਬੋਲ ਰਿਹਾ ਵੀ ਕੋਈ ਮੈਨੂੰ ਮੁੱਲ ਲੈ ਲਓ, ਪੜ੍ਹੋ।
ਮੈਂ ਲੱਗਣਾ ਲੱਗ ਜਾਂ ਗੁਰਾਂ ਦੇ ਲੇਖੇ ਜੀ, ਮੈਂ ਲੱਗ ਜਾਂ ਗੁਰਾਂ ਦੇ ਲੇਖੇ, ਕੋਈ ਮੈਨੂੰ ਭੁੱਲ ਲੈ ਲਵੋ, ਮੈਂ ਲੱਗ ਜਾਂ ਗੁਰਾਂ ਦੇ ਲੇਖੇ, ਕੋਈ ਮੈਨੂੰ ਭੁੱਲ ਲੈ ਲਵੋ, ਲੱਗ ਜਾਂ ਗੁਰਾਂ ਸਾਹਿਬ ਜੀ ਆਪ ਰੂਪ ਧਾਰ ਕੇ ਪਠਾਨ ਬੱਚੇ ਖਰੀਦਣ ਵਾਲੇ ਬਣ ਕੇ ਆ ਗਏ। ਇਹ ਹੋਕਾ ਦੇ ਰਿਹਾ ਕੋਈ ਮੈਨੂੰ ਮੁੜ ਲੈ ਲਓ, ਇਹਦਾ ਬਾਪ ਵੀ ਹੋਕਾ ਦੇ ਰਿਹਾ। ਤਾਂ ਗੁਰੂ ਨਾਨਕ ਸਾਹਿਬ ਜੀ ਬੜੇ ਪਠਾਨ ਬਣ ਕੇ ਬੈਠੇ ਨੇ, ਵਪਾਰੀ ਬਣ ਕੇ। ਪੁੱਛਦੇ, ਕਾਕਾ ਤੂੰ ਵਿਕਣਾ ਹੈ? ਕਹਿੰਦਾ ਜੀ ਹਾਂ ਮੈਂ ਵਿਕਣਾ ਹੈ। ਉੱਥੇ ਫਿਰ ਗੁਰਬਾਣੀ 'ਚ ਗੁਰਸਾਹਿਬ ਨੇ ਲਿਖਿਆ ਸਾਰਾ ਕੁਝ, ਤੇਰਾ ਨਾਂ ਕੀ ਹੈ? ਜੀ ਮੇਰਾ ਨਾਂ ਸੁਭਾਗਾ ਹੈ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਐ ਲਾਲਾ ਮੈਂ ਤੇਰਾ ਗੋਲਾ ਮੁੱਲ ਖਰੀਦਿਆ ਹੋਇਆ, ਮੇਰਾ ਨਾਮ ਸੁਭਾਗਾ, ਉਹਦਾ ਨਾਂ ਸੁਭਾਗਾ ਸੀ। ਗੁਰੂ ਸਾਹਿਬ ਕਹਿਣ ਲੱਗੇ, ਤੇਰਾ ਨਾਮ ਕੀ ਹੈ? ਵਪਾਰੀ ਬਣ ਕੇ। ਜੀ ਮੇਰਾ ਨਾਂ ਸੁਭਾਗਾ ਹੈ। ਕੀ ਕਰੇਗਾ? ਕਹਿੰਦਾ ਮਾਲਕ ਜੋ ਤੂੰ ਕਹੇਗਾ। ਕਿਵੇਂ ਰਹੇਗਾ? ਕਹਿਣ ਲੱਗਿਆ ਜਿਵੇਂ ਤੂੰ ਰੱਖੇਗਾ। ਖਾਏਗਾ ਕੀ? ਜੋ ਤੁਸੀਂ ਖਾਣ ਵਾਸਤੇ ਦਿਓਗੇ। ਪਹਿਨੇਗਾ ਕੀ? ਜੋ ਤੁਸੀਂ ਪਹਿਨਣ ਵਾਸਤੇ ਦਿਓਗੇ। ਜੋ ਖਾਣ ਵਾਸਤੇ ਦਿਓਗੇ ਖਾਵਾਂਗਾ, ਜੋ ਪਹਿਨਣ ਵਾਸਤੇ ਦਿਓਗੇ ਪਹਿਨਾਂਗਾ, ਜਿਵੇਂ ਰੱਖੋਗੇ ਉਵੇਂ ਰਵਾਂਗਾ, ਜੋ ਕਹੋਗੇ ਉਸੇ ਸਮੇਂ ਮੈਂ ਕਾਰ ਕਰਾਂਗਾ। ਜੇ ਤੁਸੀਂ ਪਾਣੀ ਮੰਗੋ ਮੈਂ ਪਾਣੀ ਲਿਆ ਕੇ ਦਿਆਂਗਾ, ਦੇ ਜੇ ਤੁਸੀਂ ਰੋਟੀ ਖਾਣੀ ਚਾਹੋਗੇ ਤਾਂ ਮੈਂ ਚੱਕੀ ਪੀਸ ਕੇ, ਆਟਾ ਪੀਸ ਕੇ ਰੋਟੀ ਬਣਾ ਕੇ ਲਿਆ ਕੇ ਤੁਹਾਡੇ ਅੱਗੇ ਰੱਖਾਂਗਾ। ਇਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਜੀ ਸੁਣ ਰਹੇ ਨੇ ਅਤੇ ਬੈਰਾਗ ਵਿੱਚ ਆ ਰਹੇ ਨੇ, ਉਹਦਾ ਪਿਆਰ ਵੇਖ ਕੇ। ਹੋਰ ਕੀ ਕਰੇਗਾ? ਕਹਿੰਦਾ ਜੀ ਜੋ ਤੁਸੀਂ ਆਰਾਮ ਕਰੋਗੇ ਮੈਂ ਪੱਖਾ ਚੱਲਾਂਗਾ ਤੁਹਾਡੇ 'ਤੇ, ਫਿਰ ਮੈਂ ਤੁਹਾਡੇ ਪੈਰ ਦਬੋਚਾਂਗਾ, ਮੁੱਠੀ ਚਾਪੀ ਕਰਾਂਗਾ, ਤੁਹਾਡੀ ਸੇਵਾ ਕਰਾਂਗਾ। ਪਾਣੀ ਮੰਗੋਗੇ ਪਾਣੀ ਲਿਆ ਕੇ ਦਿਆਂਗਾ, ਰੋਟੀ ਮੰਗੋਗੇ ਆਟਾ ਪੀਸ ਕੇ ਬਣਾ ਕੇ ਰੋਟੀ ਪਕਾ ਕੇ ਲਿਆਵਾਂਗਾ, ਅਤੇ ਪੱਖਾ ਫੇਰਾਂਗਾ ਤੁਹਾਨੂੰ ਗਰਮੀ 'ਚ, ਤੁਹਾਡੀ ਮੁੱਠੀ ਚਾਪੀ ਕਰਾਂਗਾ, ਅਤੇ ਨਾਲੇ ਮੈਂ ਕਹਾਂਗਾ ਮੇਰਾ ਮਾਲਕ ਬਹੁਤ ਚੰਗਾ ਹੈ, ਮੈਨੂੰ ਬਹੁਤ ਕੁਝ ਦਿੰਦਾ ਹੈ ਖਾਣ ਵਾਸਤੇ ਪਹਿਨਣ ਵਾਸਤੇ। ਇੰਨੀਆਂ ਗੱਲਾਂ ਸੁਣ ਕੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਗਏ, ਬੈਰਾਗ 'ਚ ਹੋ ਗਏ।
ਉਸ ਭਾਗੇ ਨੂੰ ਗਲੇ ਨਾਲ ਲਾ ਲਿਆ। ਵੇਖਿਆ ਇਹ ਤਾਂ ਉਹੀ ਮਹਾਂਪੁਰਖ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਬੱਚੇ ਨੂੰ ਵੇਚਣਾ ਆ। ਇਹ ਤਾਂ ਇਹੀ ਵਪਾਰੀ ਬਣ ਕੇ ਆ ਗਏ। ਅਤੇ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਮਾਇਆ ਵਰਤਾਈ, ਬਖਸ਼ਿਸ਼ ਕੀਤੀ, ਉਹਨਾਂ ਦੇ ਘਰ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਆ ਗਈਆਂ। ਅਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਉੱਥੇ ਸ਼ਬਦ ਉਚਾਰਿਆ ਹੈ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਉਸ ਭਾਗਾ ਪੜਿਓ ਭਾਈ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਉਸ ਭਾਗਾ। ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਕਹਿੰਦੇ, ਪਰਮੇਸ਼ਰ ਹੇ ਮੇਰੇ ਵਾਹਿਗੁਰੂ, ਮੈਂ ਤੇਰਾ ਖਰੀਦਿਆ ਹੋਇਆ ਗੋਲਾ, ਮੈਂ ਸੁਭਾਗਾ ਹਾਂ, ਇਸ ਭਾਗੇ ਵਰਗਾ ਮੈਂ ਵੀ ਤੇਰਾ ਸੁਭਾਗਾ ਹਾਂ। ਗੁਰ ਕੀ ਬਚਨੀ ਹਾਟ ਬੇਗਾਨਾ, ਜਿਤ ਲਾਇਆ ਤਿਤ ਲਾਗਾ। ਗੁਰੂ ਦੇ ਬਚਨਾਂ ਨਾਲ ਮੈਂ ਤੇਰੀ ਹੱਟ ਤੇ ਵੀ ਗਿਆ, ਤੂੰ ਮੈਨੂੰ ਜਿੱਥੇ ਲਾਇਆ ਹੈ ਮੈਂ ਉੱਥੇ ਲੱਗਿਆ ਹੋਇਆ। ਤੇਰਾ ਵਿਕਿਆ ਹੋਇਆ ਤੇਰੇ ਦਰ ਦਾ ਗੋਲਾ, ਤੂੰ ਜਿਹੜੇ ਪਾਸੇ ਲਾਇਆ ਮੈਂ ਉਸੇ ਪਾਸੇ ਲੱਗਾ ਹੋਇਆ। ਤੇਰੇ ਲਾਲੇ ਕਿਆ ਚਤੁਰਾਈ ਸਾਹਿਬ, ਮੈਨੂੰ ਕੋਈ ਸਿਆਣਪਾਣੀ ਚਤੁਰਾਈਆਂ ਨਹੀਂ ਆਉਂਦੀਆਂ, ਮੈਂ ਭੋੜਾ। ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਤੇ ਨਾ ਹੀ ਮੈਂ ਇੰਨਾ ਦਾਵਾ ਬਣਦਾ ਕਿ ਮੈਂ ਤੇਰੇ ਸਾਰੇ ਹੁਕਮ ਕਮਾ ਲਵਾਂ। ਜੇ ਮੇਥੋਂ ਤੇਰਾ ਕੋਈ ਹੁਕਮ ਨਾ ਕਮਾਇਆ ਜਾਵੇ ਮੈਨੂੰ ਮਾਫ਼ੀ ਦੇ ਦੇਣੀ। ਤੇਰੇ ਲਾਲੇ ਕਿਆ ਮੈਂ ਬਾਹਤਾ ਸਿਆਣਾ ਨਹੀਂ ਭੋੜਾ, ਪਰ ਜੇ ਕਿਤੇ ਤੇਥੀ ਤੇਰੇ ਹੁਕਮ 'ਚ ਮੇਰੇ 'ਚ ਕਮੀ ਰਹਿ ਜਾਵੇ ਮੈਨੂੰ ਆਪਦਾ ਸਮਝ ਕੇ ਬਖਸ਼ ਦੇਵੀ। ਮੈਂ ਤੇਰੇ ਹੁਕਮ ਨੂੰ ਕਮਾ ਨਹੀਂ ਸਕਦਾ, ਤੂੰ ਮਾਲਕ ਬਹੁਤ ਵੱਡਾ ਏ, ਮੈਂ ਨਚੀਜ਼ ਬਹੁਤ ਛੋਟਾ। ਮਾ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ। ਮੈਂ ਤਾਂ ਤੈਨੂੰ ਮਾਂ ਪਿਓ ਹੀ ਬਣਾਇਆ, ਮੈਂ ਨਹੀਂ ਕਿ ਮੈਂ ਤੇਰਾ ਨੌਕਰ ਹਾਂ, ਮੈਂ ਤੇਰਾ ਜਾਇਆ, ਮੈਂ ਹੁਣ ਮੈਂ ਤੇਰਾ ਪੁੱਤਰ ਹਾਂ, ਤੂੰ ਮੇਰਾ ਪਿਓ ਹੈ, ਤੂੰ ਹੀ ਮੇਰਾ ਮਾਂ ਹੈ। ਮਾਂ ਲਾਲੀ ਪਿਓ ਲਾਲਾ ਮੇਰਾ, ਤੁਸੀਂ ਮੇਰੇ ਮਾਂ ਪਿਓ। ਉਧਰੋਂ ਤਾਂ ਵਿਖ ਗਿਆ ਹੈ, ਉਹਨਾਂ ਤੱਕ ਵੇਚਦਾ ਹੈ ਜਿਨ੍ਹਾਂ ਨੇ ਖਰੀਦਿਆ ਹੈ। ਹੇ ਮਾਲਕ, ਮੈਂ ਵੀ ਤੇਰੇ ਤੇਰਾ ਜਾਇਆ ਹੋਇਆ, ਤੂੰ ਹੀ ਮੇਰਾ ਮਾਂ ਪਿਓ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹੁਣ ਲਾਲੇ ਕਾ ਜਾਇਆ। ਲਾਲੀ ਨਾ ਚੈ ਲਾਲਾ ਗਾਵੈ, ਭਗਤ ਕਰੋਂ ਤੇਰੀ ਰਾਇਆ। ਹਰ ਵੇਲੇ ਤੇਰੇ ਚਰਨਾਂ ਵਿੱਚ ਖੁਸ਼ੀ ਨਾਲ ਨੱਚਦਾ ਗਾਉਂਦਾ ਫਿਰਾਂਗਾ, ਤੇਰੀ ਭਗਤੀ ਕਰਾਂਗਾ, ਤੇਰੇ ਚਰਨਾਂ ਵਿੱਚ ਤੇਰੇ ਗੁਣ ਗਾਵਾਂਗਾ, ਤੁਹਾਨੂੰ ਹਰ ਸਮੇਂ ਖੁਸ਼ ਰੱਖਾਂਗਾ। ਲਾਲੀ ਨੱਚੇ ਲਾਲਾ ਗਾਵੇ, ਭਗਤ ਕਰੋ ਤੇਰੀ ਰਾਇਆ, ਮੈਂ ਤੇਰੇ ਗੁਣ ਗਾਵਾਂਗਾ, ਮੇਰਾ ਮਾਲਕ ਬੜਾ ਚੰਗਾ ਹੈ। ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਓ। ਹੇ ਮਾਲਕ, ਤੂੰ ਪਾਣੀ ਮੰਗ, ਮੈਂ ਤੈਨੂੰ ਪਾਣੀ ਲਿਆ ਕੇ ਦੇਵਾਂ, ਜੇ ਪੀਵੇਗਾ ਮੈਂ ਤੈਨੂੰ ਪਾਣੀ ਭੇਟ ਕਰਾਂਗਾ, ਜੇ ਖਾਏਗਾ ਤਾਂ ਮੈਂ ਪੀਸ ਕੇ ਆਟਾ ਬਣਾ ਕੇ ਰੋਟੀ ਪਕਾ ਕੇ ਤੇਰੇ ਲਿਆ ਕੇ ਪਰੋਸ ਕੇ ਅੱਗੇ ਰੱਖਾਂਗਾ।
ਪੱਖਾ ਫੇਰੀ ਪੈਰ ਮਲਾਵਾਂ ਜਪਤ ਰਹਾਂ ਤੇਰਾ ਨਾਮ, ਨਾਲੇ ਤੇਰੇ ਪੱਖਾ ਚੱਲਾਂਗਾ, ਨਾਲੇ ਤੇਰੇ ਪੈਰ ਕੁੱਟਾਂਗਾ, ਨਾਲੇ ਤੇਰਾ ਨਾਮ ਜਪਾਂਗਾ, ਮੇਰਾ ਮਾਲਕ, ਮੇਰਾ ਸਵਾਮੀ, ਮੇਰਾ ਮਾਂ, ਮੇਰਾ ਪਿਓ, ਮੇਰਾ ਸਭ ਕੁਝ, ਬੜਾ ਹੀ ਚੰਗਾ ਮੇਰਾ ਮਾਲਕ। ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ, ਜਿੰਨਾ ਮੈਂ ਤੇਰਾ ਲੂਣ ਖਾਣਾ, ਜਿੰਨੇ ਤੇਰੇ ਮੈਂ ਸੁਖ ਭੋਗਦਾ, ਹੇ ਪਰਮਾਤਮਾ ਮੈਂ ਨਿਮਕ ਹਰਾਮ ਆ ਤੇਰਾ, ਜਿਵੇਂ ਉਹ ਲਾਲਾ ਤੇਰਾ ਬਣ ਕੇ ਤੇਰੇ ਕੰਮ ਕਰ ਰਿਹਾ ਹੈ ਸੁਭਾਗਾ, ਪਰ ਮੈਂ ਨਿਮਕ ਹਰਾਮ ਹਾਂ, ਮੈਂ ਜਿੰਨੇ ਤੂੰ ਮੈਨੂੰ ਸੁੱਖ ਪਦਾਰਥ ਵਡਿਆਈਆਂ ਸੋਭਾ ਬਖਸ਼ਦਾ, ਮੈਂ ਤੇਰੇ ਉਹਨੇ ਗੁਣ ਨਹੀਂ ਖਾ ਸਕਦਾ, ਤੂੰ ਮੈਨੂੰ ਪਰ ਬਖਸ਼ ਲੈ ਬਸ, ਮੈਂ ਤੇਰਾ ਨਿਮਕ ਹਰਾਮ ਹਾਂ, ਤੇਰੇ ਇੰਨੇ ਗੁਣ ਨਹੀਂ ਗਾ ਸਕਦਾ। ਲੂਣ ਹਰਾਮੀ ਨਾਨਕ ਜੇ ਤੂੰ ਬਖਸ਼ੇ ਫਿਰ ਤੇਰੀ ਵਡਿਆਈ, ਆਦ ਜੁਗਾਦ ਦਇਆ ਪਤ ਦਾਤਾ ਤੁਦ ਵਿਣ ਮੁਕਤ ਨਾ ਪਾਈ, ਤੂੰ ਮੇਰਾ ਪਹਿਲੋਂ ਵੀ ਮੇਰਾ ਸੀ, ਤੂੰ ਜੁਗਾਂ ਵਿੱਚ ਵੀ ਮੈਂ ਤੇਰਾ ਸੀ, ਤੂੰ ਮੇਰਾ ਸੀ, ਹਰ ਸਮੇਂ ਤੂੰ ਮੇਰੇ 'ਤੇ ਦਇਆ ਕਰਦਾ, ਮੇਰੀ ਪਤ ਰੱਖਦਾ, ਮੇਰਾ ਦਾਤਾ ਹੀ, ਮੈਨੂੰ ਦਾਤਾ ਦੇਣ ਵਾਲਾ, ਮੇਰੇ ਪਰਦੇ ਰੱਖਣ ਵਾਲਾ ਤੂੰ ਮੇਰਾ ਮਾਲਕ, ਮੇਰੇ 'ਤੇ ਰਹਿਮਤਾਂ ਕਰਨ ਵਾਲਾ, ਤੇਰੇ ਤੋਂ ਬਿਨਾਂ ਮੈਂ ਮੁਕਤ ਨਹੀਂ ਹੋ ਸਕਦਾ, ਮੈਨੂੰ ਆਪਣਾ ਪੜ੍ਹ ਤਨ ਮਨ ਦਿੱਤਾ ਹੈ, ਤਨ ਮਨ ਦਿੱਤਾ ਹੈ ਬਾਬਾ ਜੀ ਹਰ ਨਾਮ ਵਡਾਈ
ਸਤ ਪਾਈ ਮੈਂ ਹਰ ਜਸ ਗਾਇਓ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਇਨੜੈ ਕੈ ਦੂ ਜਿਨੀ ਨਾਮ ਪਿਆਇਆ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇ ਰਾ ਪੰਨਾ ਅਣਦ ਘਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਢੇ ਰਾ ਪੰਨਾ ਅਣਦ ਘਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ